संयुक्त मोर्चे वालों किसानों को कॉल दी गई थी कि केंद्र सरकार वालों काले बिल वापस कराने लिए 6 तरीक नूं अपने अपने पिंडां दे वड्डे रोड ते 3 घंटे का चक्का जाम किया जाए और पूरे भारत में आवाजाई बंद हो सके। इस समय हर वर्ग के लोगों ने भारत बंद के सद्दे नूं फुल चढ़ाए। इसी कड़ी तहत पिंडां दे किसानां ते मजदूरां वालों शाह अबोकर तो मोगा अमृतसर हाईवे ते 3 घंटे लई जाम किया गया। ਅਸੀਂ ਤਾਂ ਪਹਿਲਾਂ ਮੈਂ ਗੱਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੇ ਇਹ ਗੱਲ ਕਹਿੰਦੇ ਵੀ ਜਿਹੜਾ ਮੋਦੀ ਸਾਹਿਬ ਆ ਪਤਾ ਨਹੀਂ ਏਡਾ ਢੀਠ ਅਤੇ ਪਤਾ ਨਹੀਂ ਕਿਹੜੀ ਮਿੱਟੀ ਦਾ ਉਹ ਇਨਸਾਨ ਬਣਿਆ। ਪੰਜਾਬ ਤੋਂ ਲੈ ਕੇ ਹਿੰਦੁਸਤਾਨ ਬਾਹਰਲੀਆਂ ਮੁਲਕਾਂ ਤੱਕ ਇਹਨੂੰ ਲੋਕਾਂ ਦਾ ਪਤਾ ਲੱਗ ਰਿਹਾ ਵੀ ਲੋਕ ਜਿਹੜੇ 3 ਕਾਲੇ ਕਾਨੂੰਨ ਉਹਨਾਂ ਦੇ ਉਲਟਾ ਸਾਰਾ ਇਹਨੂੰ ਪਤਾ, ਫਿਰ ਵੀ ਜਾਣ ਬੁੱਝ ਕੇ ਇੰਨਾ ਦੁਨੀਆ ਨੂੰ ਇਹ ਖਰਾਬ ਕਰਨ ਡਿਆ। ਮੋਦੀ ਸਾਹਿਬ ਨੂੰ ਇੱਕੋ ਹੀ ਗੱਲ ਕਹਿਣੀ ਚਾਹੁੰਦਾ, ਮੈਂ ਇੱਕ ਸ਼ਬਦ ਦੇ ਵਿੱਚ ਕਹਿਣੀ ਚਾਹੁੰਦਾ ਵੀ ਮੋਦੀ ਸਾਹਿਬ ਇਹ ਦੁਨੀਆ ਹੀ ਜੇ ਤੈਨੂੰ ਕੁਰਸੀ 'ਤੇ ਬਿਠਾਇਆ ਤਾਂ ਦੁਨੀਆ ਹੀ ਤੈਨੂੰ ਲਾਉਣਾ, ਅਤੇ ਜੇ ਹਾਲ ਆ ਰਿਹਾ ਤਾਂ ਉਸੇ ਹੀ ਚਾਹ ਵਿੱਚ ਚੱਲ ਜਾਏਗਾ ਜਿੱਥੇ ਅੱਗੇ ਵੇਚਦਾ ਆ, ਅਤੇ ਬੰਦਾ ਬਣ ਜਾ ਇਹ ਲੋਕਾਂ ਨੂੰ ਖਰਾਬ ਨਾ ਕਰ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਸ਼ਬਦ ਸਾਡੇ ਕੋਲ ਨਿਕਲੇ ਆ ਪਰ ਸਾਡੇ ਦੇਸ਼ ਦਾ ਇਹ ਪ੍ਰਧਾਨ ਮੰਤਰੀ ਆ, ਸਾਨੂੰ ਮਾਣ ਵੀ ਇਹਦਾ ਸਤਿਕਾਰ ਵੀ ਕਰਨਾ ਚਾਹੀਦਾ, ਪਰ ਗੁੱਸਾ ਇਸ ਗੱਲ ਦਾ ਵੀ ਸੜਕਾਂ 'ਤੇ ਲੋਕ ਦਿੱਲੀ ਕਦੇ ਕੰਡੇ ਲਾ ਲਾ, ਕਦੇ ਇਹਨੇ ਉਹ ਕੰਡਿਆਲੀ ਤਾਰ ਲਾ ਲਾ, ਕਦੇ ਕਿੱਲ ਲਾ ਲਾ, ਕਦੇ ਕੁਛ ਲਾ ਲਾ, ਜਿਹੜੇ ਕਿੱਲ ਆ ਕੰਡਿਆਲੀ ਤਾਰ ਆ ਟਰੈਕਟਰ ਆ ਇਹਨਾਂ ਅੱਗੇ ਪਾਵਲਕ ਅੱਗੇ ਕੋਈ ਚੀਜ਼ ਨਹੀਂ ਹੈ। ਇਹਨਾਂ ਨਾਲ ਮੋਦੀ ਸਾਹਿਬ ਤੇਰਾ ਹੱਲ ਕੋਈ ਨਹੀਂ, ਤੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਇਹਨਾਂ ਨੂੰ ਕਾਨੂੰਨਾਂ ਨੂੰ ਰੱਦ ਕਰ ਅਤੇ ਪਾਵਲਕ ਤੋਂ ਵਾਹਵਾ ਵਾਹਵਾ ਲੈ, ਸ਼ਾਬਾਸ਼ੇ ਲੈ, ਅਤੇ ਅਗਲੀ ਵਾਰੀ ਫਿਰ ਤੇਰੀ ਉਮੀਦ ਬਣ ਜੂ, ਨਹੀਂ ਤਾਂ ਮੈਂ ਫਿਰ ਦੁਬਾਰਾ ਕਹਿੰਦਾ ਵੀ ਜਿਵੇਂ ਅੱਗੇ ਚਾਹ ਵੇਚਦਾ ਰਹੇ ਰੇਲਾਂ 'ਚ ਫਿਰ ਵੇਚੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਮੋਦੀ ਨੇ 3 ਕਾਲੇ ਕਾਨੂੰਨ ਬਣਾਏ ਹਨ ਉਹਨਾਂ ਦੇ ਸੰਬੰਧ ਵਿੱਚ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਜੋ 12 ਤੋਂ ਲੈ ਕੇ 3 ਤੱਕ ਰੱਖਿਆ ਵੀ ਅੱਜ ਚੱਕਾ ਜਾਮ ਕਰਨਾ ਹੈ, ਇਹਦੇ ਸੰਬੰਧ ਦੇ ਵਿੱਚ ਸਾਡੇ ਲਾਗੇ ਲਾਗੇ ਪਿੰਡਾਂ ਦੇ ਸਾਰੇ ਪਿੰਡਾਂ ਤੋਂ 5-10 ਪਿੰਡਾਂ ਦੇ ਵਿੱਚੋਂ ਸਾਰੀ ਜਨਤਾ ਇਕੱਠੀ ਹੋਈ ਹੈ ਅਤੇ 3 ਵਜੇ ਤੱਕ ਅਸੀਂ ਇਹ ਸੰਘਰਸ਼ ਜਾਰੀ ਰੱਖਾਂਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਦੱਸੋਗੇ ਸੰਘਰਸ਼ ਦੇ ਵਿੱਚ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਹਾਂਜੀ, ਇਹ ਜੋ ਕਿ ਮਤਲਬ ਸੈਂਟਰ ਸਰਕਾਰ ਵੱਲੋਂ ਕਿਸਾਨ ਮਾਰੂ ਨੀਤੀਆਂ ਦੇ ਹਿਸਾਬ ਨਾਲ ਜਿਹੜੇ ਕਾਲੇ ਕਾਨੂੰਨ ਬਣਾਏ ਗਏ ਆ, ਸੋ ਉਹਨਾਂ ਦੇ ਸੰਬੰਧ ਵਿੱਚ ਜਿਹੜੇ ਸਾਡੇ ਕਿਸਾਨ ਆਗੂਆਂ ਵੱਲੋਂ ਅੱਜ ਸੱਦਾ ਦਿੱਤਾ ਗਿਆ ਸੀ ਸਾਰੇ ਦੇਸ਼ ਦੇ ਵਿੱਚ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਚੱਕਾ ਜਾਮ ਕੀਤਾ ਜਾਣਾ ਸੀ, ਉਸ ਸੰਬੰਧ ਦੇ ਵਿੱਚ ਜਿਹੜੀ ਅੱਜ ਸਾਰੇ ਇਲਾਕੇ ਦੇ ਜਿਹੜੇ ਸਾਡੇ ਕਿਸਾਨ ਵੀਰ ਨੇ ਸਾਰੀ ਸਮੂਹ ਸੰਗਤ ਅੱਜ ਇੱਥੇ ਅੱਡੇ 'ਤੇ ਪਹੁੰਚੀਏ ਅਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਾਰੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਥੇ ਅਕਾਲੀ ਦਲ ਦੇ ਵਰਕਰ ਵੀ ਨੇ, ਕਾਂਗਰਸੀ ਵਰਕਰ ਵੀ ਨੇ, ਸੋ ਸਾਰਿਆਂ ਨੇ ਬਾਕੀ ਸਾਰੇ ਗਲੇ ਸ਼ਿਕਵੇ ਛੱਡ ਕੇ ਅਤੇ ਆਪਦੇ ਪੇਟ ਦਾ ਮਸਲਾ, ਰੋਜ਼ੀ ਰੋਟੀ ਦਾ ਮਸਲਾ ਹੈ, ਸੋ ਇਸ ਤਹਿਤ ਸਾਰੀ ਸੰਗਤ ਨੇ ਇਕੱਠੇ ਹੋ ਕੇ 12 ਵਜੇ ਤੋਂ ਜਿਹੜਾ 3 ਵਜੇ ਤੱਕ ਚੱਕਾ ਜਾਮ ਸੀ ਉਹਦੇ ਵਿੱਚ ਅਸੀਂ ਅੱਜ ਸੰਗਤ ਇੱਥੇ ਇਕੱਤਰ ਹੋਏ ਹਾਂ ਅਤੇ ਅਸੀਂ ਇਸ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਕਾਲੇ ਕਾਨੂੰਨ ਬਣਾਏ ਗਏ ਆ ਇਹ ਸਰਕਾਰ ਨੂੰ ਵਾਪਸ ਲੈਣੇ ਪੈਣਗੇ, ਇਹ ਇਹਨਾਂ ਨੂੰ ਵਾਪਸ ਲੈਣੇ ਪੈਣਗੇ ਅਤੇ ਇਸ ਤੋਂ ਇਲਾਵਾ ਸਾਨੂੰ ਕੋਈ ਵੀ ਕੋਈ ਗੱਲ ਮਨਜ਼ੂਰ ਨਹੀਂ। ਸਾਰੇ ਏਕਤਾ ਨੇ, ਕਿਸਾਨ ਦੇ ਏਕਾ ਨੇ, ਮਜ਼ਦੂਰਾਂ ਦੇ ਏਕੇ ਨੇ, ਸਾਰਿਆਂ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ, ਸੋ ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਮੋਦੀ ਸਰਕਾਰ ਦੇ 3 ਕਾਲੇ ਕਾਨੂੰਨ ਬਣੇ ਨੇ ਜੋ ਕਿ ਕਿਸਾਨਾਂ ਵਾਸਤੇ ਸੰਯੁਕਤ ਮੋਰਚੇ ਵੱਲੋਂ ਉਲੀਕੇ ਗਏ ਪ੍ਰੋਗਰਾਮ ਦੇ ਅਨੁਸਾਰ ਇਹ ਜੋ ਵੀ ਕਾਲ ਦਿੱਲੀ ਤੋਂ ਕਿਸਾਨ ਜਥੇਬੰਦੀਆਂ ਦੀ ਆਈ ਹੈ ਉਹਦੇ 'ਤੇ ਪਹਿਰਾ ਦੇਣ ਸਾਡੇ ਇਲਾਕੇ ਨੇ ਸ਼ਾਹਬੋਕਰ ਅੱਡੇ ਅਤੇ ਜੋ ਵੀ ਨੇੜੇ ਤੇੜੇ ਪਿੰਡ ਨੇ ਸਾਰਿਆਂ ਦੇ ਸਹਿਯੋਗ ਨਾਲ ਇਹ ਸੰਘਰਸ਼ ਦੇ ਵਿੱਚ 12 ਤੋਂ ਲੈ ਕੇ 3 ਵਜੇ ਦੇ ਇੱਕ ਚੱਕਾ ਜਾਮ ਕੀਤਾ ਹੈ ਅਤੇ ਮੋਦੀ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਕਾਲੇ ਕਾਨੂੰਨ ਵਾਪਸ ਲਏ ਅਤੇ ਜਨਤਾ ਸੁੱਖ ਦਾ ਸਾਹ ਲਵੇ। ਵਾਰ ਵਾਰ ਇਹ ਬੇਨਤੀ ਕਰ ਰਹੇ ਹਾਂ ਜੇ ਇਸ ਅੱਜੇ ਅੱਗੇ ਵੀ ਨਾ ਇਹੋ ਬੰਦ ਹੋਏ, ਕਾਲੇ ਕਾਨੂੰਨ ਨਾ ਵਾਪਸ ਲਏ ਗਏ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਂਤ ਬਈ ਹੈ, ਕਿਸੇ ਦੇ ਨਾਲ ਕੋਈ ਧੱਕੇਸ਼ਾਹੀ ਨਹੀਂ ਕਰਨੀ, ਕਿਸੇ ਦੇ ਨਾਲ ਕੋਈ ਗੁਨਾਹ ਨਹੀਂ ਕਰਨਾ, ਪਾਪ ਨਹੀਂ ਕਰਨਾ। ਸ਼ਾਂਤ ਬਈ ਢੰਗ ਦੇ ਨਾਲ ਕਈ ਮਹੀਨਿਆਂ ਤੋਂ ਇਹ ਜਿਹੜਾ ਸੰਘਰਸ਼ ਹੈ, ਜਿਹੜਾ ਅੰਦੋਲਨ ਚੱਲ ਰਿਹਾ ਹੈ, ਭਾਵੇਂ ਉਹਦਾ ਸ਼ਾਂਤ ਬਈ
ਆਵਾਜ਼ੇ ਕੰਮ ਟੀਵੀ ਲਈ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।